sabe سرکار دے دربار تے جو بولو سبحان اللہ میں تقریر بھی
ਜਿਹੜਾ ਤਰਹੀਰ ਸ਼ੁਰੂ ਕਰ ਲਈਏ ਵੀ ਕਿਉਂਕਿ ਵਕਤ ਬਹੁਤ ਗੁਜ਼ਰ ਗਿਆ ਤੁਸੀਂ ਬੜਾ ਇੰਤਜ਼ਾਰ ਕੀਤਾ ਮੈਨੂੰ ਪਤਾ ਮੈਂ ਲੇਟ ਹੋ ਗਿਆ ਪਰ ਇਨਸ਼ਾਅੱਲਾ ਕਦੇ ਕਦੇ ਹੋ ਜਾਂਦਾ ਬਈ ਤੁਸੀਂ ਵੀ ਤਾਂ ਦੋ ਦੋ ਘੰਟੇ ਬਿਠਾ ਛੱਡਦੇ ਸੁਣੋ ਮੈਂ ਵੀ ਬਰਦਾਸ਼ਤ ਕੀਤਾ ਸੀ ਚਲੋ ਅੱਜ ਮੈਂ ਬਦਲਾ ਨਹੀਂ ਲਿਆ ਗੁਜ਼ਰ ਕਿਹਾ ਅੱਜ ਤੁਸੀਂ ਬਦਲਾ ਲੈ ਰਿਹਾ ਤੇ ਮੈਂ ਕਿਹਾ ਜੀ ਬਦਲਾ ਨਹੀਂ ਬਸ ਰਸ਼ ਬਹੁਤ ਜ਼ਿਆਦਾ ਸੀ ਟ੍ਰੈਫਿਕ ਦਾ ਹਫਤਾ ਔਰ ਡੇ ਛੁੱਟੀ ਦਾ ਅਗਲਾ ਦਿਨ ਲੋਕ ਆਪਦੇ ਵਸਤ ਵਾਸਤੇ ਟ੍ਰੈਫਿਕ ਬਹੁਤ ਜ਼ਿਆਦਾ ਤੁਹਾਡੇ ਰੋਡ ਤੇ ਤੋ ਇਨਸ਼ਾਅੱਲਾ ਮੈਂ ਹਾਜ਼ਰ ਹੋ ਗਿਆ ਹੁਣ ਮੈਂ ਤੁਹਾਨੂੰ ਲੈ ਕੇ ਜਾਣਾ ਦਰੇ ਰਸੂਲ ਤੱਕ ਸੁਭਾਨ ਅੱਲਾਹ ਉਹ ਨਾਚਲਾ ਆਲਾ ਹਜ਼ਰਤ ਸਰਕਾਰ ਦੇ ਦਰਬਾਰ ਤੇ ਜਬੜੋ ਸੁਭਾਨ ਅੱਲਾਹ ਸੁਭਾਨ ਅੱਲਾਹ ਤੇ ਆਲਾ ਹਜ਼ਰਤ ਫਰਮਾਨ ਨੇ ਸਭ ਸੇ ਅਜ਼ਵਾਜ ਮੁਤਹਰਾਤ ਨੇ ਤੇ ਸਾਰੀਆਂ ਮੋਮਨਾਂ ਦੀਆਂ ਮਾਵਾਂ ਸੁਭਾਨ ਅੱਲਾਹ
ਸਾਰੀਆਂ ਮੁਮਿਨਾਂ ਦੀਆਂ ਮਾਵਾਂ ਨੇ ਪਰ ਅੱਜ ਮੈਂ ਸਾਰੀਆਂ ਮਹਾਤ ਮੁਮਿਨੀਆਂ ਵਿੱਚੋਂ ਸਭ ਤੋਂ ਪਹਿਲੇ ਤੇਰੇ ਮੇਰੇ ਨਬੀ ਦੀ ਜ਼ੌਜਾ ਮੁਹਤਰਮਾ ਮੁਮਿਨਾਂ ਦੀ ਮਾਂ ਉਤਹਰਾ ਅੰਮਾ ਖਦੀਜਾ ਕੁਬਰਾ ਰਜ਼ੀ ਅੱਲਾਹੁ ਤਾਲਾ ਅੱਜ ਅੰਮਾ ਖਦੀਜਾ ਕੁਬਰਾ ਆਪ ਦੇ ਹਵਾਲੇ ਦੇ ਨਾਲ ਹੀ ਗੁਫ਼ਤਗੂ ਕਰਾਂਗੇ ਤੇ ਕੌਣ ਅੰਮਾ ਖਦੀਜਾ ਕੁਬਰਾ ਜਿਸ ਦੌਰ ਦੇ ਵਿੱਚ ਲੋਕ ਬੁੱਤਾਂ ਦੀ ਪੂਜਾ ਕਰਦੇ ਨੇ ਅੰਮਾ ਖਦੀਜਾ ਕੁਬਰਾ ਉਦੋਂ ਵੀ ਬੁੱਤਾਂ ਦੀ ਪੂਜਾ ਨਹੀਂ ਕਰਦੇ ਅੰਮਾ ਖਦੀਜਾ ਕੁਬਰਾ ਨੂੰ ਲੋਕ ਤਹਰਾ ਕਹਿ ਕੇ ਪੁਕਾਰਦੇ ਸਨ ਮੇਰੀ ਪਹਿਲੀ ਸ਼ਾਦੀ ਹੋਈ ਅੱਲਾਹ ਨੇ ਮੈਨੂੰ ਦੋ ਬੱਚੇ ਅਦਾ ਕੀਤੇ ਮੇਰਾ ਸਾਵਨ ਫੌਤ ਹੋ ਗਿਆ ਦੂਸਰੀ ਸ਼ਾਦੀ ਹੋਈ ਮੈਨੂੰ ਅੱਲਾਹ ਨੇ ਇੱਕ ਬੱਚਾ ਅਦਾ ਕੀਤਾ ਤੇ ਮੇਰਾ ਸਾਵਨ ਉਹ ਵੀ ਫੌਤ ਹੋ ਗਿਆ ਅੰਮਾ ਖਦੀਜਾ ਫਰਮਾਂਦੇ ਨੇ ਹੁਣ ਮੇਰੇ ਦਿਲ ਦੀ ਹਸਰਤ ਹੀ ਖਤਮ ਹੋ ਗਈ ਕਿ ਬਸ ਮੈਂ ਕਾਰੋਬਾਰ ਕਰਨਾ ਤੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਅੰਮਾ ਖਦੀਜਾ ਤੋਂ ਉੱਪਰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਪਰ ਅੰਮਾ ਖਦੀਜਾ ਕਦੇ ਕਦੇ ਦਿਲ ਘਬਰਾਉਣਾ ਕਦੇ ਕਦੇ ਪਰੇਸ਼ਾਨੀਆਂ ਤੇ ਅੰਮਾ ਖਦੀਜਾ ਤੋਂ ਉੱਪਰ ਦੇ ਚਾਚੇ ਦਾ ਬੇਟਾ ਸੀ ਜਿਹਦਾ ਨਾਂ ਸੀ ਬਰਕਾ ਬਿਨ ਨੌਫਲ ਬਰਕਾ ਬਿਨ ਨੌਫਲ ਇਹ ਉਹ ਬਰਕਾ ਬਿਨ ਨੌਫਲ ਹੈ ਜਿਹੜੇ ਦੌਰ ਦੇ ਵਿੱਚ ਲੋਕ ਬੁੱਤਾਂ ਦੀ ਪੂਜਾ ਕਰਦੇ ਨੇ ਇਹ ਬਰਕਾ ਬਿਨ ਨਫਲ ਉਸ ਰੱਬ ਦੀ ਇਬਾਦਤ ਕਰਦਾ ਹੈ ਇਹ ਅੱਲਾਹ ਦੇ ਜਿਹੜੀਆਂ ਅਸਮਾਨੀ ਕਿਤਾਬਾਂ ਨਾਜ਼ਲ ਫਰਮਾਈਆਂ ਅੱਲਾਹ ਨੇ ਇਹਨੂੰ ਐਸਾ ਹੀ ਨਾ ਪਤਾ ਕੀਤਾ ਇਹ ਸਾਰੀਆਂ ਉਹਨਾਂ ਕਿਤਾਬਾਂ ਦਾ ਹਾਫਿਜ਼ ਤੇ ਆਲਿਮ ਹੈ ਬਰਕਾ ਬਿਨ ਨਫਲ ਦੇ ਕੋਲ ਜਾ ਕੇ ਅੰਮਾ ਖਦੀਜਾ ਤੋਂ ਉੱਪਰ ਨੇ ਕਦੇ ਕਦੇ ਟੁੱਟੀਆਂ ਜਾਣਾ ਨਾ ਤੇ ਬਰਕਾ ਬਿਨ ਨਫਲ ਨੇ ਜੰਗਲਾਂ ਵਿੱਚ ਡੇਰੇ ਲਾਏ ਤੇ ਅੰਮਾ ਖਦੀਜਾ ਤੋਂ ਉੱਪਰ ਨੇ ਬਰਕਾ ਬਿਨ ਨਫਲ ਦੇ ਕੋਲ ਜਾਣਾ ਤੇ ਬਰਕਾ ਬਿਨ ਨੌਫਲ ਨੇ ਅੰਮਾ ਖਦੀਜਾ ਤੋਂ ਕੁਬਰਾ ਨੂੰ ਆਉਂਦਿਆਂ ਵੇਖਿਆ ਤੇ ਉੱਠ ਕੇ ਖਲੋ ਕੇ ਕਹਿਣਾ ਮੇਰੀ ਮੱਕੇ ਦੀ ਮਲਕਾ ਬਾਜੀ ਖਦੀਜਾ ਆਈ ਹੈ ਇਹ ਮੱਕੇ ਦੀ ਮਲਕਾ ਮੇਰੀ ਬਾਜੀ ਖਦੀਜਾ ਆਈ ਹੈ ਅੰਮਾ ਖਦੀਜਾ ਤੋਂ ਕੁਬਰਾ ਰਜ਼ੀ ਅੱਲਾਹੁ ਤਾਲਾ ਅਨਹਾ ਆਪ ਜਿਹੜੇ ਬਰਕਾ ਬਿਨ ਨੌਫਲ ਦੇ ਕੋਲ ਜਾਣਾ ਨਾ ਤੇ ਜਾ ਕੇ ਕਹਿਣਾ ਬਰਕਾ ਮੈਨੂੰ ਕੋਈ ਗੱਲ ਸੁਣਾਓ ਇੱਕ ਦਿਨ ਬਰਕਾ ਬਿਨ ਨੌਫਲ ਕਹਿਣਗਾ ਬਾਜੀ ਖਦੀਜਾ ਮੇਰਾ ਇਲਮ ਤੇ ਆ ਅਸਮਾਨੀ ਕਿਤਾਬਾਂ ਦੱਸਦੀਆਂ ਨੇ ਉਹ ਜਿਹੜਾ ਸਾਹਮਣੇ ਦੋ ਪਹਾੜੀਆਂ ਦੇ ਦਰਮਿਆਨ ਮੱਕਾ ਸ਼ਹਿਰ ਹੈ ਨਾ ਉੱਥੇ ਕੋਈ ਅੱਲਾਹ ਦਾ ਨਬੀ ਆਵੇਗਾ ਉਹ ਪਹਾੜੀਆਂ ਦੇ ਦਰਮਿਆਨ ਜਿਹੜਾ ਦੋ ਮੱਕੇ ਦਾ ਸ਼ਹਿਰ ਹੈ ਉੱਥੇ ਕੋਈ ਅੱਲਾਹ ਦਾ ਨਬੀ ਆਵੇਗਾ ਨਾ ਜਵਾਨ ਮੱਕੇ ਦੀ ਗੁਰਦਾ ਜਾ ਰਹੀ ਹੈ ਇੱਕ ਦਿਨ ਮੱਕਾ ਖਦੀਜਾ ਤੁਲਕ ਬਣਾ ਯਦੀਦਾ ਦਸਮੀਆ ਸਾਹਬ ਵੇਖਿਆ ਅੰਮਾ ਖਦੀਜਾ ਤੁਲਕ ਬਣਾ ਫਰਮਾਉਂਦੇ ਨੇ ਸਾਹਬ ਕੀ ਵੇਖਣੀਆ ਕਿ ਆਸਮਾਨ ਦਾ ਸੂਰਜ ਕਰੋ
ਨਬੀ ਦੀਆਂ ਗੱਲਾਂ ਸੁਣਾਦਾ ਸੁਭਾਨ ਅੱਲਾਹ ਅੱਜ ਖਾਬ ਦੀ ਤਬੀਰ ਇਹ ਵੇ ਕੇ ਉਹ ਜਿਹੜਾ ਅੱਲਾਹ ਦਾ ਆਖਰੀ ਨਬੀ ਹੋਵੇਗਾ ਗੋਦੀ ਤੇਰੀ ਹੋਵੇਗੀ ਉਹਨਾਂ ਸਾਰ ਹੋਵੇਗਾ ਉਹਦੀ ਰੋਸ਼ਨੀ ਫਿਰ ਮਸ਼ਰਕ ਵੱਲ ਵੀ ਜਾਵੇਗੀ ਤੇ ਮਗਰਬ ਵੱਲ ਵੀ ਜਾਵੇਗੀ ਸੁਭਾਨ ਅੱਲਾਹ ਅੰਮਾ ਖਦੀਜਾ ਤੇ ਕੁਬਰਾ ਤਵੱਜੂ ਹੈ ਮੇਰੇ जवान लड़कियां कह लगा है अरब दियां औरतों तुहाडे मक्के दे विच एक नबी आवेगा जिन्हू रिश्ते दा पैगाम भेजे इनकार कोई ना करे इनकार कोई ना करे क्योंकि शादी का मौका ना तो मैं उस हवाले दे नाल ही गुफ्तगू कर रहा हूं जिन्हों शादी का पैगाम भेजे इनकार कोई ना करे जवान मक्के दियां खतून ने वेख्या ना नौजवान लड़कियां ने इन हया नहीं साडे नाल इन्हें गल करन लगिया लड़कियां ने वड्डे पकड़ के उस मजजूब शख्स नूं मारना शुरू कर दिया पर अम्मा खदीजा तो कुबरा फरमांदे ने मैनू अपना ख्वाब चेते भेज जावे सुभान अल्लाह ओ लड़कियां उस नौजवान नूं बीमार ते मैनू ख्वाब चेते भेज जावे अम्मा खदीजा तो कुबरा फरमांदे ने कि मैं एक दिन घर आई ना अम्मा खदीजा तो कुबरा दे भाई दी शादी तेरे मेरे नबी दी छोटी जान हजरत सफिया रजी अल्लाह तआला अम्मा खदीजा तो कुबरा दे भाई दी शादी हजरत सफिया दे नाल करे मेरे नबी दी छोटी दे नाल हो जाए कहते तेरे मेरे नबी दी छोटी दे नाल शादी हो जा हजरत सफिया दी ते कदे कदे अम्मा खदीजा तो कुबरा दे हजरत बीबी सफिया ने बैठ रहा ना अम्मा खदीजा तो कुबरा नु हजरत सफिया ने बोल के कहना बाजी खदीजा मेरे वाल हुण जुमला सुनोगे ते तड़प जाओगे भैया तेरे मेरे नबी दी फूफी जान हजरत बीबी सफिया ने यह बोल के कहना बाजी खदीजा मक्के विच मेरा एक भतीजा ही ते कोई सोहणा ही अम्मा खदीजा तो कुबरा ने कमली बारे का जिक्र सुन ले हजरत सफिया दी बोल एक दिन अम्मा खदीजा तो कुबरा हजरत सफिया दे कोल बैठिया ते इधर ना परेशानी के चेहरे ते मत्थे ते परेशानी दे आसार हजरत सफिया तेरे मेरे नबी दी फूफी जान ने पूछा काजी खदीजा खैर परेशान क्यों हो हजरत सफिया बोल के इन्हें पूछा ना ते हजरत अम्मा खदीजा तो कुबरा बोल के कह लगी काजी खदीजा बोल के फरमा लगी नहीं सफिया मैं तेनू की दसा कि अज लोगों के काफले जा रहे हैं तजारत के समान लैके मैं परेशान हाँ कि काश कोई मेरी भी औलाद जवान होती मेरा भी कोई पुत्र जवान होता मेरा कोई दिखावत होता मेरा भी तजारत का समान लेके जाता ये मक्के में चल लुटेरे चोर चुरके ये उचके लोग बैठे ने अबू जहल ते अबू लहब वर्गे मैं किने हाथ समान तजारत का भेजा क्योंकि अम्मा खदीजा तो कुबरा मक्के की एक ही मलका ने जो सब तो ज्यादा अमीर ने सुभान अल्लाह मार के हाथ में अम्मा खदीजा तो कुबरा सारे मक्के में अमीर ने हजरत बीबी सफिया बोल के फरमान गया बाजी खदीजा याद कर कद कद मैं तेन वो अपने भतीजे दल सुना दे मेरा ही भतीजा मुहम्मद अम्मा खदीजा तो कुबरा बोल के फरमान गया जल्दी करो फिर सोने नु बुला के लैके Bye.
ਸੋਹਣਿਆ ਮੇਰਾ ਦਿਲ ਤੇ ਅੱਜੀ ਚੱਲ ਲਈਆਂ ਜਿਹੜੇ ਮੇਰੇ ਕਮਲੀ ਵਾਲੇ ਤੁਰੇ ਤੁਰੇ ਅੱਬਾ ਖਦੀਜਾ ਨੂੰ ਕਬਰਾਂ ਦੇ ਹੱਲ ਵਿੱਚ ਹੀ ਆਏ ਇੱਧਰ ਅੱਬਾ ਖਦੀਜਾ ਨੂੰ ਕਬਰਾਂ ਬੈਠ ਗਈਆਂ ਇੱਧਰ ਕਮਲੀ ਵਾਲੇ ਬੈਠ ਗਿਆ ਤੇ ਕਹਿ ਲਈ ਦੇ ਸੋਹਣਿਆ ਤੇ ਦੱਸ ਕਿੰਨੀ ਤਨਖਾਹ ਲਵੋਗੇ ਕਿੰਨੇ ਪੈਸੇ ਲਵੋਗੇ ਪਿਛਲੇ ਕਮਰੇ ਵਿੱਚ ਲਿਜਾ ਕੇ ਨਾ ਤੇ ਅੰਮਾ ਖਦੀਜਾ ਤੋਂ ਕੁਬਰਾ ਬੋਲ ਕੇ ਕਹਿ ਰਹੀਆਂ ਵੇ ਮੈਂ ਸਰਾ
ਵੀ ਇਹਦੇ ਨਾਲ ਜਾਣਾ ਹੈ ਤੇ ਜਿਹੜਾ ਜਿਹੜਾ ਵਾਕਿਆ ਵੇਖੇ ਉਹ ਮੈਨੂੰ ਸੁਣਾ। ਸੁਭਾਨ ਅੱਲਾਹ। ਜਿਹੜੀ ਵੀ ਇਹਦੀ ਅਜ਼ਮਤ ਤੇ ਸ਼ਾਨ ਵੇਖੇ ਨਾ ਮੈਨੂੰ ਆ ਕੇ ਸੁਣਾਣੀ ਹੈ। ਸੁਭਾਨ ਅੱਲਾਹ। ਇਧਰ ਕਾਫਲਾ ਟੁਰਨ ਲੱਗਿਆ, ਕਾਫਲਾ ਟੁਰਨ ਲੱਗਿਆ। ਇਧਰ ਕਮਲੀ ਵਾਲੇ ਦੀਆਂ ਭਾਣੀਆਂ, ਚਾਚੇ ਕਮਲੀ ਵਾਲੇ ਦੇ ਰਿਸ਼ਤੇਦਾਰ ਸਾਰੇ ਕਮਲੀ ਵਾਲੇ ਨੂੰ ਗਲੇ ਲੱਗ ਲੱਗ ਕੇ ਰੋਈ ਕਰ ਉਹ ਰੋ ਕੇ। ਅੱਲਾਹ ਮੌਲਾਨਾ ਅਬਦੁਲ ਰਹਿਮਾਨ ਮੁੱਲਾ ਜਾਕਿਰ ਰਹਿਮਤੁਲਲਾਹ ਅਲੈਹ ਨੇ ਇੱਥੇ ਬਾਤ ਕੀਤੀ। ਆਪ ਫਰਮਾਉਂਦੇ ਨੇ ਕਿ ਰਿਸ਼ਤੇਦਾਰ ਇਸ ਵਾਸਤੇ ਰੋ ਰਹੇ ਕਿ ਅੱਜ ਕਮਲੀ ਵਾਲੇ ਪਹਿਲੀ ਦਫ਼ਾ ਗੁਜ਼ਾਰਾ ਦਾ ਫਰਜ਼ ਕਰ ਜਾ ਰਹੇ, ਪਹਿਲੀ ਦਫ਼ਾ ਕਾਰੋਬਾਰ ਵਾਸਤੇ ਆ ਰਹੇ। ਅੱਜ ਕਮਲੀ ਵਾਲੇ ਦੇ ਚਾਚੇ ਤਾਏ ਰਿਸ਼ਤੇਦਾਰ ਕੁੱਤੀਆਂ, ਅੱਜ ਕਮਲੀ ਵਾਲੇ ਦੇ ਰਿਸ਼ਤੇਦਾਰਾਂ ਨੂੰ ਕਮਲੀ ਵਾਲੇ ਦੀ ਅੰਮੀ ਤੇ ਅੱਬੂ ਦੀ ਯਾਦ ਪਈ ਆਉਂਦੀ ਹੈ। ਕਮਲੀ ਵਾਲੇ ਦੇ ਅੰਮੀ ਅੱਬੂ ਦੀ ਯਾਦ ਆ ਰਹੀ। ਇੱਧਰ ਕਮਲੀ ਵਾਲੇ ਟੁੱਟ ਰਹੇ, ਮਹਾਲ ਦੀ ਛਾਤੇ ਚੜ ਗਏ ਇੱਧਰ ਹਜ਼ਰਤ ਖੁਬਾਬ ਟੁਰ ਗਿਆ ਤੇ ਇੱਧਰ ਜਿਹੜੇ ਵੇਲੇ ਪਹਿਲਾ ਦਿਨ ਆਇਆ ਨਾ
ਬੱਚੀ ਨੇ ਡੋਲ ਪਕੜਿਆ ਪਕੜੀ ਪਕੜੀ ਤੇ ਬੱਚੀ ਟੁੱਟ ਗਈ ਕਮਲੀ ਵਾਲੇ ਦੀ ਬਾਗ ਵਿੱਚ ਕਮਲੀ ਵਾਲੇ ਨੇ ਪਹਿਲੇ ਦਿਨ ਡੋਲ ਭਰਿਆ ਸੁਭਾਨ ਅੱਲਾ ਬੱਕਰੀ ਵਾਪਸ ਟੁੱਟਣ ਲੱਗੀ ਬੱਚੀ ਡੋਲ ਡੋਲਦਾ ਲੈ ਕੇ ਵਾਪਸ ਟੁੱਟਣ ਲੱਗੀ ਨਾ ਤੇ ਹਜ਼ੂਰ ਬੱਚੀ ਦੇ ਚਿਹਰੇ ਵੱਲ ਵੇਖ ਕੇ ਫਰਮਾਣ ਲੱਗੇ ਬੇਟਾ ਇੱਕ ਕੱਲ ਨਾ ਦੋ ਡੋਲ ਲੈ ਕੇ ਆਈ ਕੱਲ ਦੋ ਡੋਲ ਲੈ ਕੇ ਆਈ ਅਗਲਾ ਰੋਜ਼ ਹੋਇਆ ਤੇ ਬੱਚੀ ਦੋ ਡੋਲ ਲੈ ਕੇ ਆਈ ਤੇਰੇ ਮੇਰੇ ਕਰੀਮ ਆਖਰ ਨੇ ਦੋਵੇਂ ਡੋਲ ਭਰ ਕੇ ਤੇ ਹੁਣ ਬੱਚੀ ਟੁੱਟਣ ਲੱਗੀ ਤੇ ਹਜ਼ੂਰ ਫਰਮਾਣ ਲੱਗੇ ਬੇਟਾ ਕੱਲ ਤਿੰਨ ਡੋਲ ਲੈ ਕੇ ਅਗਲੇ ਦਿਨ ਬੱਚੀ ਤਿੰਨ ਡੋਲ ਲੈ ਕੇ ਗਈ ਤੇ ਤੇਰੇ ਮੇਰੇ ਨਬੀ ਨੇ ਨਾ ਤਿੰਨੇ ਭਰ ਦਿੱਤੇ ਤੇਰੇ ਮੇਰੇ ਨਬੀ ਨੇ ਤਿੰਨੇ ਡੋਲ ਭਰ ਦਿੱਤੇ ਬੱਚੀ ਟੁੱਟਣ ਲੱਗੀ ਨਾ ਤੇ ਹਜ਼ੂਰ ਫਰਮਾਣ ਲੱਗੇ ਬੇਟਾ ਕੱਲ ਚਾਰ ਡੋਲ ਲੈ ਕੇ ਆਈ ਅਗਲੇ ਰੋਜ਼ ਬੱਚੀ ਚਾਰ ਡੋਲ ਲੈ ਕੇ ਗਈ ਜਿਹੜੇ ਵੇਲੇ ਪੰਜਵਾਂ ਦੇ ਲਈ ਆਇਆ ਹਜ਼ਰਤ ਖੁਬਾਬ ਧਾਰੀ ਆ ਗਿਆ ਜਿਹੜੇ ਵੇਲੇ ਸ਼ਾਹ ਦਾ ਵੇਲਾ ਆਇਆ ਬੱਕਰੀ ਦੇ ਅੰਦਰ ਦੇ ਥੋੜ ਦਾ ਵਕਤ ਤਕਰੀਬ ਹੀ ਆਇਆ ਆਪ ਕੰਪਨੀ ਦਾ ਅੰਦਰ ਦੇ ਥੋੜ ਹੈ ਆਪ ਅੰਦਰ ਦਾ ਲੱਡੇ ਹੋਰ ਵੀ ਨਾ ਫੜਿਆ ਗਿਆ ਗਰੀਬ ਵੀ ਵੀ ਖਲੋ ਕੇ ਕਹਿ ਲਗੀ ਇਹ ਕੀ ਕੀਤਾ ਗਏ ਸਾਡੀ ਬੱਕਰੀ ਖਰਾਬ ਕਰ ਦਿੱਤੀ ਗਏ ਹਜ਼ਰਤ ਖੁਬਾਬ ਨੇ ਬੀਬੀ ਦੇ ਚਿਹਰੇ ਵੱਲ ਵੇਖਿਆ ਤੇ ਹੋਰ ਕੇ ਫੜਮਾਨ ਲੱਗੇ ਤੇਰੀ ਗਾਡੀ ਮੈਨੂੰ ਸਮਝ ਥੱਲੇ ਆਰਾਮ ਪਿਆ ਕਰਦਾ ਉਹ ਕੌਣ
ਤੈਨੂੰ ਬਾਅਦ ਵਿੱਚ ਦੱਸਾਂਗਾ, ਪਹਿਲਾਂ ਮੈਨੂੰ ਤੂੰ ਦੱਸ ਮੈਨੂੰ ਕਿੰਨੇ ਸਾਲ ਹੋ ਗਏ ਇੱਥੋਂ ਲੰਘਦਿਆਂ ਟੱਪਦਿਆਂ ਤੇ ਅੱਜ ਤੱਕ ਮੈਂ ਤੈਨੂੰ ਬਾਹਰ ਨਿਕਲਦਿਆਂ ਨਹੀਂ ਵੇਖਿਆ, ਤੇ ਅੱਜ ਮੇਰੇ ਕੋਲੋਂ ਕਿਉਂ ਪਿਆ ਪੁੱਛਣਾ ਹੈ। ਕਹਿਣ ਲੱਗਾ ਮੈਂ ਤੈਨੂੰ ਕੀ ਦੱਸਾਂ, ਇਸ ਕੁੱਲੀ ਦਾ ਬਹਾਨਾ ਪਾ ਕੇ ਬੈਠਾ, ਇਸ ਕੁੱਲੀ ਦਾ ਇਹ ਗਿੱਧੇ ਘਰ ਦਾ ਤੇ ਐਵੇਂ ਬਹਾਨਾ ਹੀ ਬਣਾ ਕੇ ਬੈਠਾ। ਮੈਂ ਕਿਤਾਬਾਂ ਵਿੱਚ ਪੜ੍ਹਿਆ ਕਿ ਇਸ ਦਰਖਤ ਦੇ ਥੱਲੇ ਜਦੋਂ ਵੀ ਕੋਈ ਬੈਠਾ ਕੋਈ ਨਬੀ, ਸੁਭਾਨ ਅੱਲਾਹ, ਇੱਥੇ ਸੁਨੀਆਂ ਵਾਲੀ ਹੱਥ ਚੁੱਕ ਕੇ ਬਣਦੀ ਸੀ ਸੁਭਾਨ ਅੱਲਾਹ। ਕਮਲੀ ਬਣ ਜਿਹੜੇ ਉਸ ਪਾਦਰੀ ਦੀਆਂ ਵੀ ਸਭ ਨਿਕਲ ਗਈਆਂ, ਕਮਲੀ ਬਣ ਤੁਰਨ ਲੱਗੇ ਤੇ ਪਾਦਰੀ ਰੋ ਕੇ ਕਹਿੰਦਾ ਤੂੰ ਖੜੀਆਂ ਬਾਬੇ ਦੇ ਨਾਮ ਵਿੱਚ ਨਿਕਲੇ ਤੇਰੇ ਨਬੀ ਦੇ ਕੰਨਾਂ ਵਿੱਚ
ਅੱਜ ਤੇਰਾ ਮਾਲ ਨਹੀਂ ਹੋ ਪਿਆ ਵਿਕਦਾ ਅੱਜ ਮੇਰੇ ਯਾਰ ਦਾ ਜਮਾਲ ਪਿਆ ਵਿਕਦਾ ਸੁਭਾਨ ਅੱਲਾਹ ਅੱਜ ਮੇਰੇ ਯਾਰ ਦਾ ਜਮਾਲ ਪਿਆ ਵਿਕਦਾ ਮੇਰੀ ਮਿਲਤ ਦੇ ਨੌਜਵਾਨੋ ਇਧਰ ਜਿਹੜੇ ਮੇਰੇ ਸਮਾਨ ਸਰਫਤ ਹੋ ਗਿਆ ਮੈਸਰਾ ਸਾਰਾ ਤੋਂ ਪਹਿਲੇ ਫਾਰਗ ਹੋਇਆ ਨਾ ਹੁਣ ਮੈਸਰਾ ਬੜਾ ਰਾਜ਼ੀ ਹੈ ਕਿ ਮੈਂ ਅੱਜ ਬੜਾ ਵੱਡਾ ਕੰਮ ਕਰਕੇ ਚੱਲਿਆ ਤੇ ਅੱਜ ਮੈਂ ਸਾਰਾ ਕੁਝ ਜਾ ਕੇ ਬਾਜੀ ਖਦੀਜਾ ਨੂੰ ਦੱਸਾਂਗਾ ਇਧਰ ਮੈਸਰਾ ਵੀ ਟੁਰ ਪਿਆ ਤੇ ਇਧਰ ਮੈਸਰਾ ਨੇ ਮੱਕੇ ਵਿੱਚ ਪੈਗਾਮ ਭੇਜ ਦਿੱਤਾ ਅੰਮਾ ਖਦੀਜਾ ਤੁਲ ਕੁਬਰਾ ਨੂੰ ਕਿ ਅਸੀਂ ਵਾਪਸ ਆ ਰਹੇ ਹਾਂ ਇਧਰ ਅੰਮਾ ਖਦੀਜਾ ਨੂੰ ਤੇ ਬਿੱਲਾ ਗੋਡੀ ਕਰ ਗਈਆਂ ਲੱਗ ਉਡੀ ਖਾਂਦੀਆਂ ਅੰਮਾ ਖਦੀਜਾ ਨਾਲ ਰੋਂਦੀਆਂ ਨੇ ਤੇ ਨਾਲ ਰੋਂਦੀਆਂ ਕਰਦੀਆਂ ਨੇ ਆ ਬੀਆ ਬੱਲਾ ਤੁਸੀਂ ਵੀ ਸਾਰੇ ਹੱਥਾਂ ਨੂੰ ਚੰਗੇ ਤੇ ਲਹਿਰਾ ਕੇ ਬੁਲੰਦ ਆਵਾਜ਼ ਨਾਲ ਪੜੋ ਯਾਦ ਤੇਰੀ ਦਾ ਕਦੀਵਾ ਕਮੜੀ ਬਾਲ ਦੀ ਦਾਤ ਵੀ ਨਹੀਂ ਫੜ ਰਹੀ ਹੁਣ ਤੇ ਮੌਸਮ ਵੈਸੇ ਵੀ ਤਬਦੀਲ ਹੁੰਦਾ ਜਾ ਰਿਹਾ ਹੁਣ ਸਾਰੇ ਹੱਥ ਚੁੱਕੋ ਕੋਈ ਹੱਥ ਥੱਲੇ ਨਾ ਲੱਗੇ ਸਾਰੇ ਹੱਥ ਚੁੱਕੋ ਜਮਾਨ ਬੈਠੋ ਸਾਰੇ ਹੱਥਾਂ ਨੂੰ ਚੁੱਕੋ ਤੇ ਹੱਥਾਂ ਨੂੰ ਚੁੱਕ ਕੇ ਲੈ ਨਾ ਗਿਆ ਕੋਈ ਯਾਦ ਤੇਰੀ ਸੁਭਾਨ ਅੱਲਾਹ ਅੱਲਾਹ
ਇੱਜ਼ਤ ਕੁਬਰਾ ਫਰਮਾਨੀ ਕਿਤੇ ਹੋਰ ਤੇ ਕਹਿ ਲਗਾ ਮੈਂ ਕੀ ਦੱਸਾਂ ਹਾਲੇ ਜਦੋਂ ਜਿਹੜੇ ਬਣੇ ਮੁੜ ਕੇ ਸ਼ਾਮ ਦੇ ਵਿੱਚ ਸਮਾਨ ਰੱਖਿਆ ਨਾ ਹਾਲੇ ਮੈਂ ਸਮਾਨ ਠੀਕ ਤਰ੍ਹਾਂ ਲਗਾਇਆ ਵੀ ਨਹੀਂ ਲੋਕਾਂ ਦੀਆਂ ਦੁਕਾਨਾਂ ਹਾਲੇ ਬੰਦ ਮੁਨਾਦੀ ਹੋਈ ਨਹੀਂ ਸੀ ਐਲਾਨ ਹੋਇਆ ਨਹੀਂ ਸੀ ਅਤੇ ਮੇਰੀ ਦੁਕਾਨ 'ਤੇ ਰਸ਼ ਪੈ ਗਿਆ ਥੋੜ੍ਹੀ ਦੇਰ ਗੁਜ਼ਰੀ ਸੋਹਣਾ ਇੰਝ ਕਰਕੇ ਆਪਣੇ ਖੈਮੇ ਵਿੱਚ ਗਿਆ ਅਤੇ ਰਸ਼ ਵੀ ਮੁੱਕ ਗਿਆ ਫਿਰ ਸੋਹਣਾ ਬਾਹਰ ਆਇਆ ਰਸ਼ ਪੈ ਗਿਆ ਅੰਮਾ ਖਦੀਜਾ ਤੇ ਕੁਬਰਾ ਫਰਮਾਨ ਗਿਆ ਵੇ ਸਾਰੀਆਂ ਉਵੇਂ ਦੀਆਂ ਦੱਸੀ ਜਾ ਰਹੀਆਂ ਕੋਈ ਹੋਰ ਵੀ ਕਿ ਸਾਰੀਆਂ ਸ਼ਾਨਾਂ ਹੀ ਦੱਸੀ ਜਾ ਰਹੀਆਂ ਕੋਈ ਉਂਝ ਦੀ ਗੱਲ ਵੀ ਤੇ ਸੁਣਾ ਫਿਰ ਮੇਰੀ ਮਿਲਤ ਜੋ ਨੌਜਵਾਨੋ ਕਹਿਣ ਦਾ ਖਦੀਜਾ ਮੈਂ ਤੈਨੂੰ ਕੀ ਦੱਸਾਂ ਉਂਝ ਦੀ ਤੇ ਮੈਂ ਕੋਈ ਵੇਖੀ ਮੇਰਾ ਇਮਾਨ ਕੇ ਨਾ ਅਸ਼ਿਕ ਬੋਲ ਕੇ ਕਹਿੰਦੇ ਆਉਣਗੇ ਦਿਲ ਤੂੰ ਮੇਰਾ ਮਹਬੂਬ ਨਦੀ ਜਿਹਨੂੰ ਵੇਖ ਕੇ ਚੰਨ ਸ਼ਰਮਾ ਬਿਜਲੀ ਗਰਦੀ ਅਲੀ ਸਿੱਧਾ ਮਾਰੇ ਪਤਾ ਪੇ ਚਕਲੀ ਵਾਲੇ ਦੀ ਸ਼ਾਦੀ ਤੇ ਕਮਲੀ ਵਾਲੇ ਦੁਖਲਾ ਬਣੇਗਾ ਇੱਧਰ ਥੁੱਕੀਆਂ ਤਾਰੇ ਤੇ ਚਲੋ ਤੇ ਅੱਜ ਪੁੱਤਰ ਦੀ ਸ਼ਾਦੀ ਮਾਂ ਵੀ ਨਾ ਹੋਵੇ ਤੇ ਬਾਪ ਵੀ ਨਾ ਹੋਵੇ ਤੇ ਚੀਖਾਂ ਤੇ ਨਿਕਲ ਹੀ ਜਾਂਦੀਆਂ ਇੱਧਰ ਤੇਰੇ ਮੇਰੇ ਨਬੀ ਚਲੋ ਦੁਲਹਾ ਬਣੇ ਤੇ ਮਾਂ ਵੀ ਕੋਈ ਨੀ ਤਨਖਾਹ ਹੁੰਦੀ ਕੋਈ ਨੀ ਉਹ ਸੱਚੀ ਦੱਸੋ ਭੈਣਾਂ ਤੇ ਵਾਲੇ ਬੈਠੇ ਹੋ ਨਾ ਉਲਾਦਾਂ ਵਾਲੇ ਬੈਠੇ ਉਹ ਅੱਜ ਦਾ ਪੁੱਤਰ ਦੁੱਲਾ ਬਣੇ ਨਾ ਤੇ ਮਾਂ ਪੁੱਤਰ ਨੂੰ ਦੁੱਲਿਆ ਬਣ ਜਾ ਵੇਖ ਕੇ ਤੇ ਮਾਂ ਕਹਿੰਦੀ ਵੇ ਪੁੱਤਰਾ ਤੇਰੀ ਮਾਂ ਸਦਾ ਦੇਖੇ ਹੀ ਜਾਵੇ ਭੈਣਾਂ ਕਹਿੰਦੀਆਂ ਨੇ ਵੇ ਵੀਰਾ ਅਸੀਂ ਤੇਰੀ ਤੋਂ ਵਾਰੀ ਚੱਲੀਏ ਬਾਪ ਕਹਿੰਦਾ ਮੈਂ ਕੁਰਬਾਨ ਜਾਵਾਂ ਪਰ ਕਮਲੀ ਵਾਲਾ ਦੁੱਲਾ ਬਣਿਆ ਤੇ ਸਦਕੇ ਜਾਣ ਵਾਲੀ ਮਾਂ ਹੈ ਹੀ ਕੋਈ ਨਹੀਂ ਵਾਰੀ ਜਾਣ ਵਾਲਾ ਬਾਪ ਹੀ ਕੋਈ ਇੱਧਰ ਨਿਕਾਹ ਹੋਇਆ ਤੇਰੇ ਮੇਰੇ ਨਬੀ ਦਾ ਅੰਮਾ ਖਦੀਜਾ ਤੇ ਕੁਬਰਾ ਦੇ ਨਾਲ ਬਰਾਤੀ ਸਾਰੇ ਵਾਪਸ ਤੁਰ ਗਏ ਤੇ ਇੱਧਰ ਅੰਮਾ ਖਦੀਜਾ ਤੇ ਕੁਬਰਾ ਨੇ ਕਮਲੀ ਵਾਲੇ ਨੂੰ ਕੋਲ ਹੀ ਰੱਖ ਲਿਆ ਤੇ ਐਡੀ ਮੱਕੇ ਦੀ ਅਮੀਰ ਮਲਕਾ ਨੇ ਪਹਿਲੀ ਰਾਤ ਆਪਣੀ ਸਾਰੀ ਦੌਲਤ ਕਮਲੀ ਵਾਲੇ ਦੇ ਕਦਮਾਂ ਵਿੱਚ ਰੱਖੀ ਉਹਨਾਂ ਮਾਂ ਲਿਖ ਦੇ ਕਿ ਕਿੰਨਾ ਵੱਡਾ ਸੋਨੇ ਦਾ ਢੇਰ ਲੱਗ ਗਿਆ ਇੱਕ ਪਾਸੇ ਅੰਮਾ ਖਦੀਜਾ ਬੈਠੀਆਂ ਨੇ ਇੱਕ ਪਾਸੇ ਕਮਲੀ ਵਾਲੇ ਬੈਠੇ ਨੇ ਨਜ਼ਰ ਨਹੀਂ ਆ ਰਿਹਾ ਇੰਨਾ ਵੱਡਾ ਢੇਰ ਲੱਗ ਗਿਆ ਅੰਮਾ ਖਦੀਜਾ ਕੁਬਰਾ ਨੇ ਅੱਜ ਪਹਿਲੀ ਰਾਤ ਸਾਰਾ ਕੁਝ ਕਮਲੀ ਵਾਲੇ ਦੇ ਕਦਮਾਂ ਵਿੱਚ ਰੱਖਿਆ ਤੇ ਬੋਲ ਕੇ ਕਹਿੰਦੀਆਂ ਨੇ ਸਭ ਕੁਝ ਯਾਰ ਇਹ ਹਵਾਲੇ ਤੇਰੇ
ਸ਼ਾਦੀ ਦਾ ਮੌਕਾ ਤੇ ਇੱਕ ਹੋਰ ਸ਼ਾਦੀ ਸੁਣਾਵਾਂ ਜੇ ਬੋਲੋ ਸੁਭਾਨ ਅੱਲਾਹ ਸੁਭਾਨ ਅੱਲਾਹ ਉੱਚਾ ਜੇ ਬੋਲੋ ਸੁਭਾਨ ਅੱਲਾਹ ਸੁਭਾਨ ਅੱਲਾਹ ਹੁਣ ਤੁਹਾਡੇ ਮਿਜ਼ਾਜ ਦੀ ਪਹਿਲੇ ਮੈਂ ਇਹਨਾਂ ਦਾ ਰਾਜਾ ਰਾਜ਼ੀ ਕਰ ਰਿਹਾ ਸਾਂ ਹੁਣ ਮੈਂ ਤੁਹਾਡਾ ਰਾਜਾ ਰਾਜ਼ੀ ਕਰ ਸੁਭਾਨ ਅੱਲਾਹ ਤੁਹਾਡਾ ਮੌਜੂ ਪੂਰਾ ਕਰ ਦਿੱਤਾ ਹੁਣ ਮੈਂ ਥੋੜਾ ਜਿਹਾ ਅੱਜ ਰਿਹਾ ਇਹਨਾਂ ਦਾ ਰਾਜਾ ਰਾਜ਼ੀ ਕਰ ਤੇਰੇ ਮੇਰੇ ਨਬੀ ਦੇ ਸਾਹਬੀ ਸਨ ਹਜ਼ਰਤ ਅਬੂਦੁੱਲਾ ਰਜ਼ੀ ਅੱਲਾਹ ਤਾਲਾ ਰੰਗ ਦੇ ਕਾਲੇ ਮੋਟ ਮੋਟੇ ਹੁਸਨ ਵੀ ਕੋਈ ਨਹੀਂ ਜਵਾਨੀ ਵੀ ਕੋਈ ਨਹੀਂ ਨਾਮ ਵੀ ਕੋਈ ਨਹੀਂ ਨਕਸ਼ਾ ਵੀ ਕੋਈ ਨਹੀਂ ਹਜ਼ਰਤ ਜੀ ਤੇਰੇ ਮੇਰੇ ਨਬੀ ਦੇ ਸਾਹਬੀ ਇੰਨਾ ਪਿਆਰ ਕਰਦੇ ਸਨ ਕਿ ਤੇਰੇ ਮੇਰੇ ਨਬੀ ਉਸ ਗੁਲਾਮ ਦੇ ਨਾਲ ਕਿ ਉਹਨੇ ਕਮਲੀ ਵਾਲੇ ਦੀ ਬਾਗ ਵਿੱਚ ਬੈਠ ਕੇ ਨਾ ਕੋਈ ਇੰਜ ਦੀ ਗੱਲ ਕਰਨੀ ਕਮਲੀ ਵਾਲੇ ਮੁਸਕਰਾ ਪੈਣਾ ਹੁਣ ਮੈਂ ਤੁਹਾਡੇ ਮਿਜ਼ਾਜ ਦੀ ਗੁਫ਼ਤਗੂ ਕਰਨ ਲੱਗਾ ਤੇ ਤੁਸੀਂ ਮੇਰੇ ਮਿਜ਼ਾਜ ਦੀ ਬੋਲੋ ਨਾ ਸੁਭਾਨ ਅੱਲਾਹ ਯਾ ਕਮਲੀ ਵਾਲੇ ਨੇ ਮੁਸਕਰਾ ਪੈਣਾ ਇੱਕ ਦਿਨ ਤੇਰੇ ਮੇਰੇ ਕਰੀਮਾ ਖਾਨ ਹਜ਼ਰਤ ਅਬਦੁੱਲਾ ਕੋਲ ਬੈਠੇ ਤੇ ਤੇਰੇ ਮੇਰੇ ਨਬੀ ਨਾ ਅਬਦੁੱਲਾ ਦੇ ਚਿਹਰੇ ਵੱਲ ਤੁਰ ਪਏ ਕਿ ਹਜ਼ੂਰ ਫਰਮਾਨ ਕਿ ਅਬਦੁੱਲਾ ਜਦ ਤੇਰੀ ਸ਼ਾਦੀ ਨਹੀਂ ਹੋਈ ਹਜ਼ਰਤ ਅਬਦੁੱਲਾ ਦੀ ਅੱਖਾਂ 'ਚ ਮੋਟੇ ਮੋਟੇ ਅੱਥਰੂ ਜਾ ਕੇ ਤੇ ਰੋ ਕੇ ਅੜਕੇ ਤੇ ਸੋਹਣਿਆ ਮੈਂ ਰੰਗ ਦਾ ਕਾਲਾ ਮੇਰੇ ਕੋਲ ਜਵਾਨੀ ਕੋਈ ਨਹੀਂ ਮੈਂ ਅਮੀਰ ਵੀ ਨਹੀਂ ਹਾਂ ਸੋਹਣਿਆ ਮੇਰੇ ਕੋਲ ਮਾਲੋ ਦੌਲਤ ਵੀ ਕੋਈ ਨਹੀਂ ਪੈਸੇ ਵੀ ਕੋਈ ਨਹੀਂ ਨਾਜ਼ ਵੀ ਕੋਈ ਨਹੀਂ ਨਫ਼ਰਤ ਵੀ ਕੋਈ ਨਹੀਂ ਮੇਰੇ ਕੋਲ ਕੁਝ ਹੈ ਹੀ ਕੋਈ ਨਹੀਂ ਤੇ ਸੋਹਣੇ ਮੈਨੂੰ ਕਿੰਨੇ ਦੇਣੀ ਹੈ ਕਮਲੀ ਵਾਲਿਆ ਤੇਰੇ ਮੇਰੇ ਨਬੀ ਫਰਮਾਨਗੇ ਅਬਦੁੱਲਾ ਤੂੰ ਤੇਰੀ ਬਰਾਦਰੀ ਵਿੱਚ ਲੜਕੀ ਹੈ ਤੇਰੀ ਨਜ਼ਰ ਵਿੱਚ ਹੱਥ ਜੋੜ ਕੇ ਅੜਕੇ ਜੀ ਸੋਹਣਿਆ ਮੇਰੇ ਚਾਚੇ ਦੀ ਬੇਟੀ ਹੈ ਪਰ ਸੋਹਣਿਆ ਮੇਰਾ ਚਾਚਾ ਤੇ ਆਪਣੇ ਕਬੀਲੇ ਦਾ ਚੌਹ ਤਰੀਕੇ ਸਰਦਾਰ ਹੈ ਤੇ ਸੋਹਣਿਆ ਮੈਨੂੰ ਹੁਣ ਕਦੋਂ ਨਹੀਂ ਇਹ ਰਿਸ਼ਤਾ ਕਮਲੀ ਵਾਲਿਓ ਆਪਣੀ ਬੇਟੀ ਦਾ ਰਿਸ਼ਤਾ ਪਤਾ ਮੇਰੇ ਨਾਲ ਕਰਨ ਲੱਗਾ ਹਜ਼ਰਤ ਅਬਦੁੱਲਾ ਨੇ ਇਹ ਆਇਆ ਫਿਰ ਮੇਰੇ ਆਪਾ ਨੇ ਫਰਮਾਇਆ ਅਬਦੁੱਲਾ ਜਾ ਮੇਰਾ ਪਰਗਾ ਮੈਂ ਆਪਣੇ ਚਾਚੇ ਦੇ ਕੋਲ ਲੈ ਕੇ ਚਲਾ ਜਾ ਮੈਂ ਆਪਣੇ ਚਾਚੇ ਨੂੰ ਜਾ ਕੇ ਕਹਿ ਦੇ ਚਾਚਾ ਕਮਲੀ ਵਾਲੇ ਨੇ ਰਿਸ਼ਤਾ ਤੁਹਾਡੀ ਬੇਟੀ ਦਾ ਮੇਰੇ ਨਾਲ ਕਰ ਦਿੱਤਾ ਜਿਹੜੇ ਵੇਲੇ ਹਜ਼ਰਤ ਅਬਦੁੱਲਾ ਬੜੇ ਚਾਈ ਚਾਈ ਦੁਨੀਆ ਕਰਦੇ ਆ ਆਪਣੇ ਚਾਚੇ ਦੇ ਹੱਥਾਂ ਦਾ ਦਰਵਾਜ਼ਾ ਤੱਕ ਟਾਇਆ ਹਜ਼ਰਤ ਚਾਚਾ ਬਾਰੇ ਆਇਆ ਮੈਂ ਕਹਿ ਲਗਾ ਚਾਚਾ ਦੀ ਮੁਬਾਰਕ ਦੀਆਂ ਮੇਰੇ ਕਮਲੀ ਵਾਲੇ ਨੇ ਤੁਹਾਡੀ ਬੇਟੀ ਆ
ਮਸਜਿਦ
ਰਜੀ ਦੌੜ ਦੌੜ ਜਾ ਕੇ ਉਹਦੀ ਚਾਰ ਪੈਰ ਨੂੰ ਕੰਧਾ ਦਿੰਦੇ ਨੇ ਲੋਕ ਇੰਜ ਜਦੋਂ ਬੰਦਾ ਮਰ ਜਾਵੇ ਤਾਂ ਦੌੜ ਦੌੜ ਉਹਦੀ ਚਾਰ ਪੈਰ ਜਾ ਕੇ ਮਾਰ ਮਾਰ ਕੰਧਾ ਦਿੰਦੇ ਹੋ ਇਹ ਉਹਦੇ ਜ਼ਿੰਦਾ ਰਹਿੰਦੇ ਆ ਉਹਦੇ ਹੌਸਲਾ ਅਫਜ਼ਾਈ ਕਹਿੰਦੇ ਉਹਨੂੰ ਕੰਧਾ ਦਿੰਦੇ ਉਹਦੀ ਚਾਰ ਦਿਨ ਜ਼ਿੰਦਗੀ ਤੇ ਵੱਧ ਜਾਂਦੀ ਆ ਉਹਦੀ ਜ਼ਿੰਦਗੀ 'ਚ ਕੁਝ ਸਕੂਨ ਤੇ ਆ ਜਾਂਦਾ ਨਾ ਮੌਤ ਦਾ ਬਸ ਵਕਤ ਬਾਰ ਹੱਥ ਕੇ ਨਾ ਉਹਦੇ ਆਣੀ ਆਣੀ ਬਾਬਾ ਬੁੱਲੇ ਸ਼ਾਹ ਨੇ ਹਜ਼ਰਤ ਸਖੀ ਸੁਲਤਾਨੇ ਬਹੂ ਨੇ ਫਰਮਾਇਆ ਸੀ ਕਿ ਸੌੜੀ ਸ਼ਾਮੀ ਵਿੱਚ ਘਸੀਟਣ ਪਰਤ ਨਾ ਸਕੇ ਪਾਸਾ ਹੁੰਦਾ ਜਾਣ ਬੰਦੇ ਦੀ ਇੰਜ ਵੀ ਜਾਣੀ ਜਿਵੇਂ ਪਾਣੀ ਵਿੱਚ ਪਤਾਸਾ ਹੁੰਦਾ ਉਹ ਪਤਾਸਾ ਪਾਣੀ ਦੇ ਵਿੱਚ ਸੁੱਟ ਗਈ ਹੈ ਉਹ ਤੁਰ ਜਾਂਦਾ ਹੈ ਜਾਣ ਬੰਦੇ ਦੀ ਇੰਜ ਵੀ ਜਾਣੀ ਜਿਵੇਂ ਪਾਣੀ ਵਿੱਚ ਪਰ ਮਾਲਿਕ ਤੈਥੋਂ ਲੇਖਾ ਮਕਸੀ ਬਾਹੂ ਰੱਤੀ ਘੱਟ ਨਾ ਮਾਸਾ ਹੋ ਉਹ ਮਾਲਕ ਨੇ ਤੇਰੇ ਕੋਲ ਲੈਠਾ ਲੈਣਾ ਤੇ ਕਿਉਂ ਨਾ ਤੂੰ ਆਪਣੇ ਅੰਬਰ ਸੁਣਾ ਕੀ ਦੁਨੀਆ ਤੇ ਤੂੰ ਲੈ ਕੇ ਜਾ ਰਹੇ ਕਦੇ ਕਿਸੇ ਨੂੰ ਵੇਖਿਆ ਕਿਸੇ ਨੇ ਪੈਲੀ ਬੰਨ ਲਗਾ ਕੋਈ ਨਾਲ ਲੈ ਕੇ ਗਿਆ ਦਾਦਾ ਪੜਦਾਦਾ ਕਿਸੇ ਦਾ ਨਹੀਂ ਇਹ ਦੁਨੀਆ ਦਾ ਬਾਤ ਦੁਨੀਆ ਤੇ ਛੋੜ ਕੇ ਟੁਰ ਜਾਣਾ ਖਾਲੀ ਹੱਥ ਆਇਆ ਤੇ ਖਾਲੀ ਹੱਥ ਟੁਰ ਜਾਣਾ ساری رات کی واپس سن کے ٹر جاؤ تو صبح اٹھ کے فجر کی نماز نہ پڑھی تو ساری رات بیٹھنے کا کوئی فائدہ نہیں اج اولاد نافرمان کے اس واسطے پیدا ہو رہی ہیں اسی اپنے رب دے نافرمان ہوتے ہیں وہ کیویں نہیں اللہ نے فرمایا کہ جھوٹ نہ بولے اسی چھٹ گئے اللہ نے فرمایا چغل خوری نہ کرے اسی چھوڑ دے اللہ نے فرمایا کہ نہ شراب نہ پیا کر بندے بھی چھوڑ دیتے پتہ بھی ہے حرام ہے پتہ بھی ہے جوا حرام ہے پتہ بھی ہے سود کھانا حرام ہے اسی پھر بھی چھوڑ دیتے سب تو بڑا کفر یہ جملہ آج کل شاعری ہے لوگ ہے بھی بول جاتے نہیں اور جب آئے گی نہیں ویسی آئے گی بس موج مارو ਇੱਕ ਗੁਨਾਹ ਹੁੰਦਾ ਕਿ ਜਿਹੜਾ ਬੰਦੇ ਨੂੰ ਪਤਾ ਹੀ ਕੋਈ ਨਹੀਂ ਲੱਛੇ ਦਾ ਤਕਰੀਰ ਨਾ ਸੁਣਾ ਵੀ ਹੈ ਜੋ ਕਿ ਨਹੀਂ ਵੀ ਅੱਜ ਦਾ ਮੇਰਾ ਫਰੈਂਡ ਦਾ ਫਰਜ਼ ਹੈ ਨਾ ਇਹ ਨਾ ਲੱਗਿਆ ਇਹ ਨਾ ਆਖਿਆ ਜੇ ਹਜ਼ਰਤ ਜੀ ਆਖਿਆ ਕਿ ਜਿਹੜਾ ਲੱਛੇ ਦਾ ਤਕਰੀਰ ਕੀਤੀ ਬਾਬਾ ਤੇ ਬੱਲੇ ਬੱਲੇ ਸੁਭਾਨ ਅੱਲਾਹ ਤੇ ਮਾਸ਼ਾਅੱਲਾ ਬੜੀ ਤਕਰੀਰ ਕਰਕੇ ਗਿਆ ਨਾ ਮੇਰਾ ਮੇਨ ਮਕਸਦ ਇਹ ਹੈ ਕਿ ਤੇਰੇ ਦਿਲ ਤੇ ਦਸਤ ਰੱਖ ਦੇ ਹਮ ਸੁਭਾਨ ਅੱਲਾਹ ਅਗਰ ਤੇਰੇ ਦਿਲ ਮੇ ਉਤਰ ਜਾਏ ਮੇਰੀ ਇੱਕ ਵਾਰ ਮੇਰੀ ਮਿਲਤ ਜੋ ਨਾ ਅੱਜ ਅਸੀਂ ਚੌਂਕ ਵਿੱਚ ਖਲੋਂਦੇ ਆ ਨਾ ਤੇ ਲੋਕਾਂ ਦੀਆਂ ਧੀਆਂ ਭੈਣਾਂ ਗੁਜ਼ਰਦੀਆਂ ਹੁੰਦੀਆਂ ਅਸੀਂ ਅੱਖਾਂ ਫੜ ਫੜ ਵੇਖਦੇ ਹਾਂ ਸੱਚੀ ਦੱਸ ਯਾਰ ਉਸੇ ਚੌਂਕ ਵਿੱਚ ਤੇਰੀ ਧੀ ਲੰਘੇ ਤੇ ਤੇਰੀ ਧੀ ਭੈਣ ਬੇਟੀ ਨੂੰ ਕੋਈ ਅੱਖਾਂ ਫਾੜ ਕੇ ਵੇਖੇ ਤੇ ਤੇਰਾ ਦਿਲ ਕਰਦਾ ਨਾ ਮੈਂ ਇਹਨੀਆਂ ਅੱਖਾਂ ਹੀ ਕੱਢ ਦੇ ਸੁਭਾਨ ਅੱਲਾਹ ਇਹ ਕੀ ਹੈ ਨਾ ਯਾਰ ਜਦੋਂ ਤੇਰੀ ਲੰਘੇ ਤੇ ਤੇਰੀ ਵੱਲ ਕੋਈ ਵੇਖੇ ਤੇ ਤੂੰ ਕਹਿੰਦਾ ਮੈਂ ਇਹਨੀਆਂ ਅੱਖਾਂ ਕੱਢ ਦੇ ਮੰਨਦੇ ਜਦੋਂ ਕਿਸੇ ਦੀ ਵੱਲ ਵੇਖਦਾ ਤਾਂ ਉਹਨਾਂ ਦਾ ਮੇਰੇ ਦਿਲ ਇਹੋ ਹੀ ਕਰਦਾ ਨਾ ਕਿ ਤੇਰੀ ਹੀ ਅੱਖਾਂ ਕੱਢ ਦੇ ਆਪਣਾ ਮਾਹੌਲ ਆਪਣੀ ਬੈਠਕ ਬਦਲ ਉਹ ਯਾਰ ਯਾਰ ਨਹੀਂ ਜਿਹੜਾ ਯਾਰ ਨੂੰ ਸ਼ਰਾਬੀ ਬਣਾਵੇ ਯਾਰ ਉਹ ਯਾਰ ਨਹੀਂ ਜਿਹੜਾ ਯਾਰ ਨੂੰ ਜੂਏ ਤੇ ਲਾਵੇ ਯਾਰ ਉਹ ਯਾਰ ਨਹੀਂ ਜਿਹੜਾ ਯਾਰ ਨੂੰ ਉੱਤੇ ਰਸਤੇ ਪਾਵੇ ਯਾਰ ਤੇ ਉਹ ਹੁੰਦਾ ਜਿਹੜਾ ਯਾਰ ਨੂੰ ਸਿੱਧੇ ਰਹਿ ਲਾਵੇ ਆਪਣੇ ਚਿਹਰੇ ਤੇ ਸੁਣ ਤੇ ਰਸੂਲ ਸੁਣ ਚਿਹਰੇ ਦਾ ਹੁਸਨ ਇਹਦੇ ਨਾਲ ਹੁਸਨ ਚ ਇਜ਼ਾਫਾ ਹੁੰਦਾ ਜੇ ਅਤਮਾਦ ਤੇ ਹੋ ਜਾਂਦੇ ਆ ਮਿੰਬਰ ਰਸੂਲ ਤੇ ਬੈਠ ਕਿਉਂਕਿ ਮੇਰਾ ਕੰਮ ਹੈ ਦਾਵਤ ਦੇਣਾ ਕੰਮ ਕਰਨਾ ਅਲਾਮਾ ਅਲਿਆਸ ਅਕਾਰ ਕਾਜ਼ੀ ਵੀ ਅੱਲਾਹ ਪਾਕ ਉਹਨਾਂ ਨੂੰ ਜ਼ਿੰਦਗੀ ਅਤਾ ਫਰਮਾਏ ਲੰਬੀ ਸਿਹਤ ਵਾਲੀ ਉਮਰ ਅਤਾ ਫਰਮਾਏ ਆਪਨੇ ਜਿਹੜਾ ਜੁਮਲਾ ਲਿਖਿਆ ਕਿ ਹਮੇ ਆਪਣੀ ਔਰ ਸਾਰੀ ਦੁਨੀਆ ਕੇ ਲੋਕੋ ਕੀ ਇਸਲਾਮ ਕੀ ਕੋਸ਼ਿਸ਼ ਕਰੀ ਜਾਂਦੀ ਹੈ ਅਸੀਂ ਆਪਣੇ ਤੇ ਕਰਨੇ ਚਾਹੀਦੇ ਪਰ ਨਾਲ ਲੋਕਾਂ ਦੇ ਵੀ ਕਰਨੇ ਤੇ ਅੱਜ ਇਨਸ਼ਾਅੱਲਾ ਮਸਜਿਦ ਚ ਬੈਠੇ ਹੋ ਬਾਬਾ ਬਕਾਲਾ ਵੱਲੋਂ ਮੈਂ ਜਦੋਂ 4 ਤਰੀਕ ਨੂੰ ਦੁਬਾਰਾ ਬਾਬਾ ਬਕਾਲੇ ਆਵਾਂ ਤੇ ਅੱਜ ਨੇ ਅੱਜ ਸਿਰ ਨੰਗੇ ਲੈ ਕੇ ਮਾਫਰ ਚਾਹਿਓ ਅਗਲੀ ਮਾਫਰ ਤੇ ਆਵਾਂ ਸਾਰੇ ਸਿਰ ਕੱਢ ਕੇ ਆਇਆ ਹੈ ਕਦੇ ਸਿੱਖਾਂ ਨੂੰ ਗੁਰਦੁਆਰੇ ਜਾਣ ਨਾਰਾਜ਼ ਨਹੀਂ ਹੋਣਾ ਕਿਉਂਕਿ ਮੈਂਬਰ ਹੈ ਨਾ ਤੇ ਮਸਜਿਦ ਹੈ ਇਹਦੇ ਤੇ ਬੈਠ ਕੇ ਮੈਂ ਹੀ ਤੁਹਾਨੂੰ ਦੱਸਣਾ ਕਿ ਇੱਕ ਚੀਜ਼ ਦਾ ਇਲਾ ਵੀ ਨਹੀਂ ਉਹ ਅਜ਼ਾਫਤ ਅਸੀਂ ਕਰਨਾ ਚਾਹੁੰਦੇ ਆ ਗੁਰਦੁਆਰੇ ਜਾਓ ਨਾ ਸਿੱਖਾਂ ਦੇ
ਉਸੇ ਨੰਗਾ ਲੈ ਕੇ ਨਹੀਂ ਜਾਣਾ ਉਹ ਆਪਣੇ ਗੁਰੂ ਦਾ ਜ਼ਿਕਰ ਕਰਨਾ ਤੇ ਸਿਰ ਨੰਗਾ ਨਹੀਂ ਰੱਖਣਾ ਅਸੀਂ ਤੇ ਕਮਲੀ ਵਾਲੇ ਦੀ ਮਾਫਲ ਚ ਬੈਠ ਗਏ ਜਦੋਂ ਮਹਬੂਬ ਦੀ ਮਾਫਲ ਚਾਹੋ ਨਮਾਜ਼ ਪੜ੍ਹਨ ਆਓ ਤੇ ਸਿਰ ਤੇ ਟੋਪੀ ਲੈ ਕੇ ਆਇਆ ਕਰੋ ਤਾਂ ਕਿ ਵੇਖਣ ਵਾਲੇ ਨੂੰ ਲੱਗੇ ਉਹ ਵੇਖੋ ਮੁਹੰਮਦ ਦੀ ਮਾਨਾ ਕਮਲੀ ਵਾਲੇ ਦੀ ਮਾਫਲ ਅੱਜ ਦੇ ਨੌਜਵਾਨ ਚੌਂਕ ਵਿੱਚ ਘਰੋਂ ਪਿਓ ਉਹਨਾਂ ਵਾਸਤੇ ਇੱਕ ਜੁਮਲਾ ਹੈ ਅੱਜ ਤੋਂ ਬਾਅਦ ਮਰਦੇ ਤੋਂ ਹਟ ਗਏ ਜਮ ਜਮ ਖਲੋਇਆ ਜੇ ਤੇ ਜੁਗ ਜੁਗ ਖਲੋਇਆ ਜੇ ਜਿਹੜਾ ਹੋਵੇ ਨਾ ਗੈਰਤ ਮੰਦ ਗੈਰਤ ਇਹ ਮੇਰੇ ਬਜ਼ੁਰਗ ਜੀ ਅਮੀਰ ਦਾਨੀ ਵਾਲੇ ਬਾਬਾ ਜੀ ਨੇ ਇਹ ਮੇਰੀ ਗੱਲ ਦੀ ਤਸਦੀਕ ਕਰੀ ਸੀ ਬਾਬਾ ਜੀ ਇੱਕ ਵਕਤ ਹੁੰਦਾ ਸੀ ਤੁਹਾਡਾ ਅਗਰ ਮਹੱਲੇ ਵਿੱਚ ਕੋਈ ਵਡੇਰਾ ਆ ਜਾਂਦਾ ਤਾਂ ਸੀ ਤੁਹਾਡੀਆਂ ਦੌੜਾਂ ਲੱਗ ਜਾਂਦੀਆਂ ਸੀ ਯਾਰ ਤਾਇਆ ਜੀ ਆ ਰਹੇ ਨੇ ਚਾਚਾ ਜੀ ਆ ਰਹੇ ਨੇ ਮਾਮੂ ਜੀ ਆ ਰਹੇ ਨੇ ਜਿਹੜਾ ਵੀ ਵੱਡਾ ਹੁੰਦਾ ਸੀ ਬਾਪ ਨੂੰ ਤੇ ਉਹਨੂੰ ਪਾਇਆ ਸੀ ਕਿਹਾ ਪੂਰੇ ਮਹੱਲੇ ਵਾਲੇ ਬਾਪ ਨੂੰ ਛੋਟਾ ਹੁੰਦਾ ਹੁੰਦਾ ਸੀ ਤਾਂ ਉਹਨੂੰ ਕਹਿੰਦੇ ਸੀ ਚਾਚੂ ਆ ਰਹੇ ਹੁਣ ਤੇ ਰਿਸ਼ਤਿਆਂ ਦਾ ਹੱਦ ਵੀ ਮੁੱਕ ਗਿਆ ਜਿਹੜਾ ਹੋਵੇ ਗੈਰਤਮੰਦ ਉਹ ਕਦੇ ਚੌਂਕ ਵਿੱਚ ਨਹੀਂ ਜਿਹਦੇ ਅੰਦਰ ਹਿਆ ਹੋਵੇ ਕਿ ਮੇਰੇ ਹਰ ਮਾਂ ਵੀ ਹੈ ਬੇਟੀ ਵੀ ਹੈ ਬਹਿਣ ਵੀ ਹੈ ਬੀਵੀ ਵੀ ਹੈ ਬੱਚੇ ਵੀ ਨੇ ਉਹ ਕਦੇ ਚੌਂਕ ਵਿੱਚ ਤੇ ਜਿਹੜਾ ਹੋਵੇ ਨਾ ਬੇਗੈਰਤ ਜਿਹਦੀ ਗੈਰਤ ਮਰੀ ਹੋਵੇ ਉਹ ਚੌਂਕ ਵਿੱਚ ਆਖਰੀ ਗੱਲ ਸੁਣੋ ਆ ਜਿਹੜੇ ਚੌਂਕਾਂ 'ਚ ਖਲੋਂਦੇ ਉਹਨਾਂ ਦੇ ਮੁਤਲਕ ਤੇਰੇ ਮੇਰੇ ਨਬੀ ਨੇ ਜਬਰੀਲ ਕੋਲ ਪੁੱਛਿਆ ਜਬਰੀਲ ਅੱਲਾ ਨੂੰ ਸਭ ਤੋਂ ਚੰਗੀ ਜਗ੍ਹਾ ਕਿਹੜੀ ਲੱਗਦੀ ਹੈ ਅਤੇ ਸਭ ਤੋਂ ਭੈੜੀ ਜਗ੍ਹਾ ਕਿਹੜੀ ਲੱਗਦੀ ਹੈ ਜਬਰੀਲ ਨੇ ਅਰਜ਼ ਕੀਤੀ ਕਮਲੀ ਵਾਲਾ ਅੱਲਾ ਨੂੰ ਸਭ ਤੋਂ ਚੰਗੀ ਜਗ੍ਹਾ ਮਸਜਿਦ ਲੱਗਦੀ ਹੈ ਸਭ ਤੋਂ ਚੰਗੀ ਜਗ੍ਹਾ ਮਸਜਿਦ ਲੱਗਦੀ ਹੈ ਅਤੇ ਸਭ ਤੋਂ ਭੈੜੀ ਜਗ੍ਹਾ ਬਾਜ਼ਾਰ ਲੱਗਦਾ ਹੈ ਅੱਜ ਅਸੀਂ ਮਸਜਿਦਾਂ ਵੈਰਾਨ ਕਰ ਛੱਡੀਆਂ ਨੇ ਅਤੇ ਬਾਜ਼ਾਰ ਆਬਾਦ ਕਰ ਛੱਡੇ ਨੇ ਹੁਣ ਮੈਂ ਜਦੋਂ ਅਗਲੀ ਵਾਰੀ ਆਵਾਂ ਨਾ ਤੇ ਮਸਜਿਦਾਂ ਆਬਾਦ ਹੋ ਜਾਣ ਤੇ ਬਾਜ਼ਾਰ ਵੈਰਾਨ ਹੋ ਜਾਣ ਇਨਸ਼ਾਅੱਲਾਹ ਹੋਵੇ ਨਾ ਕਿ ਮੈਂ ਕਿਸੇ ਪਿੰਡ 'ਚ ਗਿਆ ਸਾਡੇ ਉੱਥੇ ਦੱਸ ਕੇ ਆਇਆ ਸਾਂ ਉਹਨਾਂ ਕਿਸੇ ਗੱਲ ਦਾ ਅਮਲ ਵੀ ਕੀਤਾ ਹੈ ਨੌਜਵਾਨ ਨਮਾਜ਼ੀ ਬਣ ਜਾਣ ਇਹ ਹਰ ਘਰ ਦੇ ਵਿੱਚ ਚਾਰ ਚਾਰ ਪੰਜ ਪੰਜ ਫੋਨ ਟੈਲੀਫੋਨ ਮੌਜੂਦ ਨੇ ਆਪਣੇ ਅਲਾਰਮ ਲਗਾਓ ਇਹ ਘੜੀਆਂ ਲੱਗੀਆਂ ਨੇ ਫਜਰ ਦਾ ਟਾਈਮ ਦੋ ਵਾਰ ਅਸਰ ਮਗਰਬ ਇਹ ਸਾਰੇ ਟਾਈਮ ਨਹੀਂ ਖੇਡਦੇ ਇੱਥੇ ਵੇਖ ਕੇ ਅਲਾਰਮ ਸੈੱਟ ਕਰੋ ਇਹ ਨਮਾਜ਼ ਦਾ ਟਾਈਮ ਹੈ ਇਹ ਨਾਮ ਦੋ ਦਾ ਟਾਈਮ ਹੈ ਫਜਰ ਦਾ ਟਾਈਮ ਹੈ ਅੱਧਾ ਘੰਟਾ ਜਿਹੜਾ ਯਾਰ ਪਹਿਲੇ ਕਹੇ ਯਾਰ ਨੂੰ ਫੋਨ ਕਰੋ ਉਹ ਯਾਰ ਆਪ ਵੀ ਤਾਂ ਫੋਨ ਸਾਰੇ ਲੈਂਦੇ ਹੋ ਨਾ ਉਹ ਨਮਾਜ਼ ਵਾਸਤੇ ਫੋਨ ਕਰੋਗੇ ਨੇਕੀਆਂ ਲਿਖੀਆਂ ਜਾਣਗੀਆਂ ਨਮਾਜ਼ ਦੀ ਦਾਵਤ ਦੇ ਰਹੇ ਨਾ ਨੇਕੀਆਂ ਆਮ ਕਰੋ ਨਮਾਜ਼ ਦੀ ਦਾਵਤ ਨੂੰ ਆਮ ਕਰੋ ਤੇ ਆਪਣੇ ਯਾਰ ਨੂੰ ਫੋਨ ਕਰਕੇ ਆਖੋ ਉਹ ਯਾਰ ਨੂੰ ਨਮਾਜ਼ ਪੜ੍ਹਨ ਚਾਹੀਏ ਨਾ ਜਿਹੜਾ ਯਾਰ ਫੋਨ ਨਾ ਚੁੱਕੇ ਘਰ ਦਾ ਦਰਵਾਜ਼ਾ ਖੜਕਾਓ ਫਿਰ ਤੁਹਾਡੇ ਘਰ ਦੇ ਜੀ ਵੀ ਉੱਠ ਪੈਣਗੇ ਉਹ ਵੀ ਨਮਾਜ਼ ਪੜ੍ਹ ਲੈਣਗੇ ਜਿਹੜਾ ਯਾਰ ਵੀ ਨਮਾਜ਼ ਪੜ੍ਹ ਲੈਗਾ ਤੇ ਸੁਬਹ ਜਨਾਬ ਹਜ਼ਰਤ ਸਾਹਿਬ ਫੋਨ ਕਰਕੇ ਆਖਣਾ ਅੱਲਾਮਾ ਸਾਹਿਬ ਕੀ ਬਾਤ ਹੈ ਮਸਜਿਦ ਦੇ ਵਿੱਚ ਨੌਜਵਾਨਾਂ ਨਾਲ ਮਸਜਿਦ ਭਰੀ ਗਈ ਹੈ ਇਹਦੀ ਆਪਣੇ ਆਪ ਅੰਦਰ ਡਿਗਰੀ ਨੂੰ ਪੈਦਾ ਕਰੋ ਇਹਦੀ ਆਪਣੇ ਅੰਦਰ ਕੋਸ਼ਿਸ਼ ਪੈਦਾ ਕਰੋ ਮੇਰੀ ਆਸ਼ਾ ਤੇ ਰੋ ਕੱਲ ਜੇ ਸੁਨਤ ਨੂੰ ਅਦਾ ਕਰਨ ਵਾਸਤੇ ਭਾਈ ਅਦਨਾਨ ਕੌਰ ਇਹ ਬੁਲਵਾਇਆ ਬਰਾਦਰਾਂ ਇਹਨਾਂ ਦੀ ਸਾਰੀ ਬਰਾਦਰੀ ਜਾ ਰਹੀ ਅੱਲਾ ਪਾਕ ਇਹ ਉਸਰੇ ਸਲੂਕ ਕਿਆ ਮਤਲਬ ਆਪਾ ਤੋਂ ਸ਼ੁਕਰ ਜ਼ਿੰਦਗੀ ਵਿੱਚ ਬਾਰ ਬਾਰ ਅਦਨਾਨ ਮੈਂ ਖੁਸ਼ੀਆਂ ਨਸੀਬ ਫਰਮਾਏ ਇਸ ਤਰ੍ਹਾਂ ਕੱਲ ਜੋੜੀ ਬਣ ਗਈ ਨਬੀ ਪਾਕ ਦੇ ਹਸਨੈਨ ਕਰੀ ਬਹਿਣ ਦੀ ਜੋੜੀ